ਜਿਹੜਾ ਕੰਮ ਕਾਂਗਰਸ ਨਹੀਂ ਕਰ ਸਕੀ ਇਹ ਬੰਦਿਆਂ ਨੇ ਇਸ ਪਾਰਟੀ ਨੇ ਉਹ ਕੀਤਾ ਸਰਦਾਰਾਂ ਦੇ ਸਿਰਾਂ ਤੇ ਟੋਪੀਆਂ ਪਵਾਤੀਆਂ ਸੀ ਉਸ ਬੇਟੀ ਨਾਲ ਬਲਾਤਕਾਰ ਹੋਇਆ ਉਹਦੇ ਘਰੇ ਕਿੰਨੀ ਕੁ ਦੂਰ ਸੀ ਇਹਦਾ ਘਰ ਉੱਥੇ ਤਾਂ ਗਏ ਨਹੀਂ ਇੱਥੇ ਆ ਕੇ ਲੋਕਾਂ ਨੂੰ ਇਜਤਾਂ ਦੀਆਂ ਗਰੰਟੀਆਂ ਦਿੰਦੇ ਫਿਰਦੇ ਨੇ ਉਹ ਦਿੱਲੀ ਨੂੰ ਤਾਂ ਸਾਂਭ ਨਹੀਂ ਸਕਦਾ ਪੰਜਾਬ ਸਾਂਭਣ ਦੀਆਂ ਗੱਲਾਂ ਕਰਦਾ ਪੰਜਾਬ ਬਾਰਡਰ ਸਟੇਟ ਆ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਆ। ਉਹਨਾਂ ਨੂੰ ਰਿਹਾ ਨਹੀਂ ਕੀਤਾ। ਉਹਨਾਂ ਦੇ ਹਮੇਸ਼ਾ ਜਦੋਂ ਉਹਨਾਂ ਕੋਲੇ ਫਾਈਲ ਜਾਂਦੀ ਆ ਰੋਕ ਦਿੰਦਾ ਕੇਚਰੀਵਾਲ ਵੀ ਨਹੀਂ। ਰეკਮੈਂਡੇਸ਼ਨ ਤਾਂ ਇਹਦੀ ਹੋਈ ਆ ਨਾ ਕੇਚਰੀਵਾਲ ਸਰਕਾਰ ਦੀ ਸੀ ਐਮ ਆ ਰეკਮੈਂਡੇਸ਼ਨ ਤਾਂ ਇਹ ਨਹੀਂ ਕਰਨੀ ਆ ਠੀਕ ਆ ਫਾਈਨਲ ਅਥਾਰਟੀ ਸੈਂਟਰ ਕੋਲੇ ਆ ਪਰ ਇਹਦੀ ਰეკਮੈਂਡੇਸ਼ਨ ਤੋਂ ਬਿਨਾ ਤਾਂ ਉੱਥੇ ਕੁਝ ਹੋ ਹੀ ਨਹੀਂ ਸਕਦਾ। ਦੇਖੋ ਐਸੇ ਕਰਕੇ ਸਿਰਫ ਉਸ ਇੱਕ ਹੋਣ ਕਰਕੇ ਜੇ ਉਸ ਇੱਕ ਨਾ ਹੁੰਦਾ ਤਾਂ ਕੇਚਰੀਵਾਲ ਕਦੋਂ ਦਾ ਉਹਨੂੰ ਛੱਡ ਦਿੰਦਾ। ਮਨਜੀਠਿਆ ਕਿਹੜਾ ਅੰਡਰਬਾਰ ਨਿਕੋਬਾਰ ਰਹਿੰਦਾ ਸੀ। ਜਦੋਂ ਉਹ ਉਹ ਜਦੋਂ ਵੇਚਦਾ ਸੀ ਫੜ ਕੇ ਤਾਂ ਝੂਲਾ ਸਣੇ ਉਹ ਅਰੈਸਟ ਕਰ ਦੇ ਦੇਖੋ ਕੋਰਟ ਨੇ ਕੇਸ ਚ ਲਾ ਲਿਆ ਕੇਸ ਸਜ਼ਾ ਵੀ ਹੋਗੀ ਉਦੋਂ ਬਾਅਦ ਦੁਬਾਰੇ ਐਫ ਆਈ ਆਰ ਕਿਵੇਂ ਹੋ ਜੂਗੀ ਇਹ ਨਵੀਆਂ ਪਿਰਤਾਂ ਜਿਹੜੀਆਂ ਪਾ ਰਹੇ ਆ ਨਾ ਇਹ ਪੰਜਾਬ ਨੂੰ ਭੱਟੀ ਚ ਝੋਕਣ ਦੀਆਂ ਇਹਨਾਂ ਦੀਆਂ ਸਾਜ਼ਿਸ਼ ਨੇ ਇਹ ਬੇਸਿਕਲੀ ਪੰਜਾਬ ਵਿਰੋਧੀ ਹੈ ਪੰਜਾਬ ਦੇ ਪਾਣੀਆਂ ਦੇ ਖਿਲਾਫ ਇਹ ਹੈ ਪੰਜਾਬ ਦੀ ਬਿਜਲੀ ਦੇ ਖਿਲਾਫ ਇਹ ਹੈ ਪੰਜਾਬ ਦੀ ਕਿਸਾਨੀ ਦੇ ਖਿਲਾਫ ਇਹ ਹੈ ਉਹ ਐਸੀ ਚੀਜ਼ ਦਾ ਫਾਇਦਾ ਚੱਕ ਰਿਹਾ ਉਹਨੂੰ ਪਤਾ ਵੀ ਇਹਨਾਂ ਨੂੰ ਇਮੋਸ਼ਨਲ ਕਰਕੇ ਆਪਸ ਦੇ ਵਿੱਚ ਖਾਨਾ ਜੰਗੀ ਪੈਦਾ ਕੀਤੀ ਜਾ ਸਕਦੀ ਹੈ ਤੇ ਉਹਨੇ ਉਹਨੇ ਮੁੱਦੀ ਇਮੋਸ਼ਨਲ ਚੱਕੇ ਨੇ ਸਿੱਖਾਂ ਪ੍ਰਤੀ ਪੰਜਾਬ ਪ੍ਰਤੀ ਕੇਜਰੀਆਲ ਦਾ ਦੋਹਰਾ ਰਵਈਆ ਉਹਦੀ ਜਿਹੜੀ ਸੋਚ ਆ ਉਹ ਬੜੀ ਘਾਤਕ ਆ ਪੰਜਾਬ ਦੇ ਲਈ ਕੇਸਰੀ ਚੱਦਾ ਮੈਂ ਝਾੜੂ ਨਾ ਖੁੰਨੀ ਪੰਜਾ ਜਾਪ ਟਲੇਗਾ ਕੇਸਰੀ ਚੱਦਾ ਆ ਝਾੜੂ ਨਾ ਖੁੰਨੀ ਪੰਜਾ ਜਾਪ ਟਲੇਗਾ ਕੇਸਰੀ ਚੱਦਾ ਲੁਧਰਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਸਿਆਸਤ ਜਿਹੜੀ ਹੈ ਬੜੀ ਗਰਮਾਂਦੀ ਜਾ ਰਹੀ ਹੈ ਸਿਆਸਤ ਕਿਉਂ ਗਰਮਾਂਦੀ ਜਾ ਰਹੀ ਹੈ ਪੰਥਕਦਲ ਪੰਜਾਬ ਸ਼੍ਰੋਮਣੀ ਕਾਇਦਲ ਨਾਲ ਕੱਲ ਪੂਰਾ ਸਮਰਥਨ ਜਿਹੜਾ ਕਰ ਦਿੰਦਾ ਹੈ ਪੰਥਕਦਲ ਪੰਜਾਬ ਉਹ ਜਿਹੜੀ ਪਾਰਟੀ ਹੈ ਜੋ ਪਹਿਲੇ ਬੰਦੀ ਸਿੱਖ ਰਿਹਾਈ ਮੋਰਚੇ ਨਾਲ ਜਾਨੀ ਜਾਂਦੀ ਸੀ ਲੇਕਿਨ ਅੱਜ ਨੂੰ ਉਹ ਨਾਮ ਜਿਹੜਾ ਚੇਂਜ ਹੋ ਗਿਆ ਪੰਥਕਦਲ ਪੰਜਾਬ ਬਣਾ ਦਿੱਤਾ ਕਿਉਂਕਿ ਪੰਜਾਬ ਦੇ तमाम ਵਰਗਾ ਦੀ ਗੱਲ ਕੀਤੀ ਜਾਊਗੀ ਤੇ तमाम ਉਹ ਤਸਵੀਰਾਂ ਦਿਖਾ ਦਵਾਂ ਕਿ ਪੰਥਕਦਲ ਪੰਜਾਬ ਦੇ ਜਿੰਨੇ ਵੀ ਉੱਦੇਦਾਰ ਜਿਹੜੇ ਹੈਗੇ ਨੇ ਇੱਥੇ ਮੌਜੂਦ ਹੈ ਜਿਨ੍ਹਾਂ ਪੂਰੀ ਪੂਰੀ ਪਾਰਟੀ ਹੈ ਕਿ ਉਹਨਾਂ ਨੂੰ ਪੂਰਾ ਸਮਰਥਨ ਜਿਹੜਾ ਕੀਤਾ ਜਾਂਦਾ ਵੈ ਗੱਲਬਾਤ ਵੀ ਕਰਦੇ ਆ ਪੰਥਕ ਦਲ ਪੰਜਾਬ ਬਣਾਇਆ ਗਿਆ ਵੈ ਸੋਚਿਆ ਕੀ ਸੀਗਾ ਬੰਦੀ ਸਿੱਖ ਰਿਹਾਈ ਮੋਰਚੇ ਤੋਂ ਬਾਅਦ ਦੇਖੋ ਜਿਹੜਾ ਬੰਦੀ ਸਿੰਘ ਰਿਹਾਈ ਮੋਰਚਾ ਜਥੇਬੰਦੀ ਅਸੀਂ ਬਣਾਈ ਸੀਗੀ ਜਿਹਦੇ ਭਾਈ ਜੰਗ ਸਿੰਘ ਹੁਣੇ ਮੁਖੀ ਨੇ ਇਹ ਜਥੇਬੰਦੀ ਬਣਾਈ ਸੀਗੀ ਅਸੀਂ ਸਿਰਫ ਸਿੱਖ ਕੈਦੀਆਂ ਦੇ ਸਬੰਧ ਦੇ ਵਿੱਚ ਸਿੱਖ ਕੈਦੀਆਂ ਦੀਆਂ ਰਿਹਾਈਆਂ ਦੇ ਸਬੰਧ ਦੇ ਵਿੱਚ ਪਰ ਉਸ ਤੋਂ ਬਾਅਦ ਜਦੋਂ ਅਸੀਂ ਲੰਮਾ ਸਮਾਂ ਜਥੇਬੰਦੀ ਚਲਾਈ ਤੇ ਉਸ ਤੋਂ ਬਾਅਦ ਜਿਹੜੇ ਪੰਥ ਦੇ ਹੋਰ ਵੀ ਪੰਜਾਬ ਦੇ ਤੇ ਪੰਥ ਦੇ ਮੁੱਦੇ ਸੀਗੇ ਤੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਿਰ ਅਸੀਂ ਬੰਦੀ ਸਿੰਘ ਰਿਹਾਈ ਮੋਰਚੇ ਨੂੰ ਸਿਆਸੀ ਦਲ ਦੇ ਵਿੱਚ ਤਬਦੀਲ ਕਰਦੇ ਹੋਏ ਪੰਥਕ ਦਲ ਪੰਜਾਬ ਜਥੇਬੰਦੀ ਦਾ ਨਾਮ ਰੱਖਿਆ ਤੇ ਉਹ ਜਥੇਬੰਦੀ ਹੁਣ ਅਸੀਂ ਉਹ ਸਾਰੇ ਜਿਹੜੇ ਪੰਜਾਬ ਦੇ ਮੁੱਦੇ ਨੇ ਸਿੱਖਾਂ ਦੇ ਮੁੱਦੇ ਨੇ ਜਾਂ ਜਿਹੜੇ ਅਲੱਗ-ਅਲੱਗ ਭਾਈਚਾਰੇ ਨਾਲ ਸੰਬੰਧਤ ਮੁੱਦੇ ਨੇ ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਆਉਦੇ ਵਿੱਚ ਭਾਈਚਾਰਾ ਸਾਂਝ ਕਿਦਾਂ ਬਚਾ ਕੇ ਰੱਖੋਗੇ ਕਿ ਕਈ ਸਿਆਸੀ ਪਾਰਟੀਆਂ ਐਸੀ ਜੋ ਭਾਈਚਾਰਾ ਸਾਂਝ ਦੇ ਉੱਤੇ ਪੱਤੇ ਖੇਡਦੀਆਂ ਦੇ ਭਾਈਚਾਰਾ ਸਾਂਝ ਨੂੰ ਕਿਤਨਾ ਕਿਤੇ ਦਰਕਿਨਾਰੀਆਂ ਤੋੜਨ ਦੀ ਕੋਸ਼ਿਸ਼ਾਂ ਕਰਦੀਆਂ ਨੇ ਦੇਖੋ ਜਿਵੇਂ ਕਿ ਹੁਣ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਵੀ ਜਦੋਂ ਤੋਂ ਕੇਜਰੀਆਲ ਪਾਰਟੀ ਹੋਂਦ ਚਾਈਆ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਖਾਨਾ ਜੰਗੀ ਵਾਲਾ ਮਾਹੌਲ ਪੈਦਾ ਹੋਇਆ ਸਿੱਖਾਂ ਦੇ ਵਿੱਚ ਆਪਸ ਦੇ ਵਿੱਚ ਹੀ ਸਿੱਖ ਦੇ ਵਿੱਚ ਬੇਤੁਫਾਕੀ ਪੈਦਾ ਹੋ ਗਈ ਸੀ ਤੇ ਬੜਾ ਇੱਕ ਖਾਨਾ ਜੰਗੀ ਵਾਲਾ ਮਾਹੌਲ ਉਹਨਾਂ ਨੇ ਸਿਰਜਤਾ ਸੀਗਾ ਪਰ ਜਿਹੜਾ ਇਸ ਚੀਜ਼ ਨੂੰ ਬੰਨ ਕੇ ਰੱਖ ਸਕਦਾ ਪੰਜਾਬ ਨੂੰ ਸਾਰਿਆਂ ਸਾਰੀਆਂ ਕੌਮਾਂ ਨੂੰ ਸਾਰੇ ਧਰਮਾਂ ਨੂੰ ਜਾਤਾਂ ਨੂੰ ਇਕਜੁੱਟ ਕਰਕੇ ਰੱਖ ਸਕਦਾ ਤੇ ਬਰਾਬਰ ਦਾ ਮਾਨ ਸਤਕਾਰ ਦੇ ਸਕਦਾ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਆ ਤੇ ਪਿਛਲੇ ਲੰਬੇ ਸਮੇਂ ਤੋਂ ਆਪਾਂ ਜਦੋਂ ਵੀ ਦੇਖੀਏ ਵੀ ਰਾਜ ਭਾਗ ਇਹ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਤਾਂ ਉਹਨਾਂ ਨੇ ਸਾਰਿਆਂ ਧਰਮਾਂ ਨੂੰ ਬਰਾਬਰ ਦਾ ਮਾਨ ਸਤਕਾਰ ਦਿੱਤਾ ਠੀਕ ਆ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਸਿਆਸੀ 100 ਸਾਲ ਪੁਰਾਣੀ ਸਿੱਖਾਂ ਦੀ ਸਿਆਸੀ ਧਿਰ ਪਰ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਵੰਗ ਹਮੇਸ਼ਾ ਸਾਰਿਆਂ ਨੂੰ ਬਰਾਬਰ ਲੈ ਕੇ ਉਹਨਾਂ ਨੇ ਰਾਜ ਭਾਗ ਦੇ ਵਿੱਚ ਸਾਰਿਆਂ ਨੂੰ ਮਾਨ ਸਤਕਾਰ ਦਿੱਤਾ ਵਤ ਕਰੇ ਵਾਲੀ ਗੱਲ ਨਹੀਂ ਕੀਤੀ ਜਿਹੜਾ ਕੇਜਰੀਵਾਲ ਕੇਜਰੀਵਾਲ ਨੇ ਸ਼ੁਰੂ ਤੋਂ ਜਦੋਂ ਤੋਂ ਉਹਦੀਆਂ ਕਾਰਵਾਈਆਂ ਤੁਸੀਂ ਦੇਖ ਲਓ ਪਿਛਲੇ ਲੰਬੇ ਸਮੇਂ ਤੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਨੂੰ ਰਹਾ ਨਹੀਂ ਕੀਤਾ ਉਹਨਾਂ ਦੇ ਹਮੇਸ਼ਾ ਜਦੋਂ ਉਹਨਾਂ ਕੋਲੇ ਫਾਈਲ ਜਾਂਦੀ ਆ ਉਹ ਰੋਕ ਦਿੰਦਾ ਕੇਜਰੀਵਾਲ ਵੀ ਨਹੀਂ ਇਲੈਕਸ਼ਨ ਤੋਂ ਪਹਿਲੇ ਵੀ ਇਹ ਗੱਲ ਉੱਠੀ ਸੀਗੀ ਕਿ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੇ ਸੀਗੇ ਆ ਯੂਪੀ ਦੇ ਵਿੱਚ ਇਲੈਕਸ਼ਨ ਹੋਣੇ ਸੀ ਗੱਲ ਉੱਠੀ ਚਗੀ ਕਿ ਜਿਹੜੇ ਸਿੱਖ ਜਿਹੜੇ ਦਿੱਲੀ ਦੇ ਵਿੱਚ ਕੈਦ ਜਿਹੜੇ ਨੇ ਉਹਨਾਂ ਨੂੰ ਛੋੜ ਦਿੱਤਾ ਜਾਵੇ ਲੇਕਿਨ ਇਹਦੇ ਵਿੱਚ ਕੀ ਦਿੱਕਤ ਪਰੇਸ਼ਾਨੀ ਕੀ ਆਈ ਸੀ ਜਿਹੜੀ ਉਹਦੀ ਪੰਥ ਵਿਰੋਧੀ ਸੋਚ ਆ ਅਸਲ ਦੇ ਵਿੱਚ ਸਭ ਤੋਂ ਵੱਡਾ ਕਾਰਨ ਉਹ ਆ ਜੇ ਉਹਦੀ ਪੰਥ ਵਿਰੋਧੀ ਸੋਚ ਨਾ ਹੁੰਦੀ ਤਾਂ ਇੱਕ ਜਿਹੜਾ ਮੇਂ ਸਮੇ ਤੋਂ 25 27 ਸਾਲ ਤੋਂ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਉਹ ਉਹਨੇ ਨਾਲ ਜਿਹੜੀ ਅਦਾਲਤ ਨੇ ਉਹਨੂੰ ਸਜ਼ਾ ਦਿੱਤੀ ਉਹ ਭੁਗਤ ਲਈ ਉਸ ਤੋਂ ਬਾਅਦ ਵੀ ਉਹਨੂੰ ਉਹਦੇ ਤੇ ਉਹਦੇ ਨਾਲ ਇੱਕ ਵਿਤਕਰੇ ਵਾਲੀ ਸੋਚ ਰੱਖੀ ਜਾ ਰਹੀ ਆ ਵੀ ਇਹ ਸਿੱਖ ਆ ਦੇਖੋ ਐਸੇ ਕਰਕੇ ਸਿਰਫ ਉਹ ਸਿੱਖ ਹੋਣ ਕਰਕੇ ਜੇ ਉਹ ਸਿੱਖ ਨਾ ਹੁੰਦਾ ਤਾਂ ਕੇਜਰੀਵਾਲ ਕਦੋਂ ਦਾ ਉਹਨੂੰ ਛੱਡ ਦਿੰਦਾ ਤੁਸੀਂ ਇਹ ਦੇਖੋ ਦਿੱਲੀ ਦੇ ਵਿੱਚ ਇੱਕ ਸਰਕਾਰ ਬਣੀ ਦੋ ਤਿੰਨ ਵਾਰੀ ਸਰਕਾਰ ਬਣਾਈਆ ਕਿਹੜਾ ਸਿੱਖ ਮੰਤਰੀ ਆ ਉੱਥੇ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਲੜਕੀ ਦੇ ਨਾਲ ਬਲਾਤਕਾਰ ਹੁੰਦਾ ਉਹਨੇ ਕੋਈ ਯੋਦੇ ਤੇ ਇੱਕ ਬਿਆਨ ਤੱਕ ਨਹੀਂ ਦਿੱਤਾ ਆਖਿਰ ਕਿਉਂ ਨਹੀਂ ਬਿਆਨ ਦਿੱਤਾ ਉਸ ਕੁੜੀ ਦੇ ਕੇਸ ਤੱਕ ਕਰ ਦਿੱਤੇ ਗਏ ਸੀਗੇ ਉਸ ਕੁੜੀ ਦੀ ਵੀਡੀਓ ਬਣਾਈ ਗਈ ਸੀ ਨੰਗਨ ਅਵਸਥਾ ਦੇ ਵੀਡੀਓ ਬਣਾਈ ਗਈ ਸੀ ਲੇਕਿਨ ਕੁਝ ਨਿਹੰਗ ਸਿਕੋਤੇ ਪਹੁੰਚਦੇ ਨੇ ਜਿਹੜੇ ਪਿਤਾ ਨੂੰ ਕਹਿ ਕੇ ਆਉਂਦੇ ਨੇ ਡਰਨ ਦੀ ਜਰੂਰਤ ਨਹੀਂ ਗਈ ਹੁਣ ਤੂੰ ਬਾਹਰ ਆ ਕੇ ਉਹਨਾਂ ਦਾ ਮੁਕਾਬਲਾ ਕਰੀ ਲੇਕਿਨ ਕਾਰਵਾਈ ਨਹੀਂ ਹੋਈ ਸੀਗੀ ਦੇਖੋ ਇਹੀ ਦਾ ਗੱਲਾਂ ਨੇ ਵੀ ਇਹਨੇ ਕਾਰਵਾਈ ਕਿਉਂ ਨਹੀਂ ਕੀਤੀ ਪੰਜਾਬ ਦੇ ਵਿੱਚ ਵੀ ਕਿਉਂ ਨਹੀਂ ਵੱਡੇ ਦਾਅਵੇ ਕਰ ਰਹੀ ਕੇਜਰੀਵਾਲ ਸਰਕਾਰ ਪੰਜਾਬ ਦੇ ਵਿੱਚ ਦਾਅਵੇ ਹੋ ਰਹੇ ਨੇ ਇਹੀ ਤਾਂ ਗੱਲ ਸਮਝਣ ਦੀ ਲੋੜ ਆ ਵੀ ਜੇ ਉਹ ਦਿੱਲੀ ਨੂੰ ਤਾਂ ਸਾਂਭ ਨਹੀਂ ਸਕਦਾ ਪੰਜਾਬ ਸਾਂਭਣ ਦੀਆਂ ਗੱਲਾਂ ਕਰਦਾ ਪੰਜਾਬ ਬਾਰਡਰ ਸਟੇਟ ਆ ਤੇ ਸੈਂਸਿਟਿਵ ਸਟੇਟ ਆ ਲੇਕਿਨ ਉਹ ਕਹਿੰਦਾ ਕਿ ਜਦੋਂ ਅਜਿਹੀ ਕੋਈ ਗੱਲ ਆਂਦੀ ਉਹ ਕਹਿੰਦਾ ਜਿਹੜੀ ਦਿੱਲੀ ਪੁਲਿਸ ਜਿਹੜੀ ਹੈ ਮੇਰੇ ਅੰਦਰ ਨਹੀਂ ਐਮਟਾਲੇ ਦੇ ਅੰਦਰ ਆ 30% ਹਿੱਸਾ ਮੇਰੇ ਕੋਲ ਹੈ ਰეკਮੈਂਡੇਸ਼ਨ ਤਾਂ ਇਹਦੀ ਹੀ ਜਾਂਦੀ ਆ ਨਾ ਰਿਕਮੈਂਡੇਸ਼ਨ ਤਾਂ ਇਹਦੀ ਹੋਈ ਆ ਨਾ ਕੇਜਰੀਵਾਲ ਸਰਕਾਰ ਦੀ ਸੀਐਮ ਆ ਰਿਕਮੈਂਡੇਸ਼ਨ ਤਾਂ ਇਹ ਨਹੀਂ ਕਰਨੀ ਆ ਠੀਕ ਆ ਫਾਈਨਲ ਅਥਾਰਟੀ ਸੈਂਟਰ ਕੋਲੇ ਆ ਪਰ ਇਹਦੀ ਰਿਕਮੈਂਡੇਸ਼ਨ ਤੋਂ ਬਿਨਾ ਤਾਂ ਉੱਥੇ ਕੁਝ ਹੋ ਹੀ ਨਹੀਂ ਸਕਦਾ ਇਹਦੀ ਸਲਾਹ ਤੋਂ ਬਿਨਾ ਉੱਥੇ ਕੁਝ ਨਹੀਂ ਹੁੰਦਾ ਮਤਲਬ ਤੁਹਾਡੇ ਕਹਿਣ ਦਾ ਮਤਲਬ ਆ ਕਿ ਆਮ ਆਦੀ ਪਾਰਟੀ ਸਿੱਖਾਂ ਨਾਲ ਦੋਰਾ ਵਿਵਾਰ ਕਰਦੀ ਹੈ ਬਿਲਕੁਲ ਸਿੱਖਾਂ ਪ੍ਰਤੀ ਪੰਜਾਬ ਪ੍ਰਤੀ ਕੇਜਰੀਵਾਲ ਦਾ ਦੋਰਾ ਰਵਈਆ ਉਹਦੀ ਜਿਹੜੀ ਸੋਚ ਆ ਉਹ ਬੜੀ ਘਾਤਕ ਆ ਪੰਜਾਬ ਦੇ ਲਈ ਦੇਖੋ ਪੰਜਾਬ ਦੇ ਵਿੱਚ ਹੁਣ ਹਿੰਦੂ ਸਿੱਖ ਵੀ ਨੇ ਸਾਰੇ ਇਕੱਠੇ ਵਿਚਰਦੇ ਆ ਉਹ ਉਹਨੇ ਪਾੜਾ ਵਧਾਉਣਾ ਸ਼ੁਰੂ ਕਰਤਾ ਨਹੀਂ ਫਾਇਦਾ ਕੀ ਹੋਊਗਾ ਸਿਆਸੀ ਪਾਰਟੀਆਂ ਨੂੰ ਕਿਉਂਕਿ ਅਸੀਂ ਤਾਂ ਮਾਸ ਨੂੰ ਉਹਦਾ ਰਿਸ਼ਤਾ ਅਸੀਂ ਤਾਂ ਨਹੀਂ ਚੇਂਜ ਹੋਵਾਂਗੇ ਪੰਜਾਬ ਦੀ ਆਵਾਮ ਤਾਂ ਨਹੀਂ ਚੇਂਜ ਹੋਊਗੀ ਨਾ ਲੇਕਿਨ ਤੁਹਾਡੇ ਕਹਿਣ ਦਾ ਮਤਲਬ ਕਿ ਜਨਤਾ ਨੂੰ ਸਮਝਾਉਣ ਦੀ ਜਰੂਰਤ ਹੈ ਦੇਖੋ ਅਸੀਂ ਅਸੀਂ ਹੁਣ ਜੇ ਪੰਥਕ ਦਲ ਪੰਜਾਬ ਨੇ ਅਕਾਲੀ ਦਲ ਦੇ ਗਠਬੰਧਨ ਨੂੰ ਅਸੀਂ ਸਮਰਥਨ ਦਿੱਤਾ ਉਹਦਾ ਕਾਰਨ ਇਹੀ ਆ ਵੀ ਅਸੀਂ ਸਰਵ ਸਾਂਝੀ ਵਾਲਤਾ ਪਰ ਜਿਹੜੀ ਕੇਜਰੀਵਾਲ ਪਾਰਟੀ ਆ ਉਹਦੇ ਚ ਸਰਵ ਸਾਂਝੀ ਵਾਲਤਾ ਵਾਲੀ ਗੱਲ ਹੀ ਹੈ ਨਹੀਂ ਉਹਦੇ ਚ ਡਿਕਟੇਟਰਸ਼ਿਪ ਆ ਜਿਹਦਾ ਮਕਸਦ ਸਿਰਫ ਪੰਜਾਬ ਦੇ ਵਿੱਚ ਅੱਗ ਲਾਉਣਾ ਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੇਜਰੀ ਵਾਲ ਦੀ ਸਰਕਾਰ ਬਣਦੀ ਆ ਤਾਂ ਪੰਜਾਬ ਦੇ ਹਾਲਾਤ ਬੜੀ ਠੱਠੀ ਤੇ ਹੋਣਗੇ ਬਹੁਤ ਘਾਤਕ ਹੋਣਗੇ ਇਹਦੇ ਨਤੀਜੇ ਜੇ ਸਰਕਾਰ ਬਣਦੀ ਆ ਸਰਕਾਰ ਬਣ ਗਈ ਤਾਂ ਬਹੁਤ ਘਾਤਕ ਹੋਣਗੇ ਇਹਦੇ ਨਤੀਜੇ ਤੁਸੀਂ ਕਹਿ ਰਹੇ ਹੋ ਲੇਕਿਨ तमाम ਜਨਤਾ ਕਹਿ ਰਹੀ ਆ ਆਮ ਆਦੀ ਪਾਰਟੀ ਨੂੰ ਬੋਟ ਦੇਣੀ ਆ ਕੌਣ ਕਹਿ ਰਿਹਾ तमाम ਜਿੱਥੇ ਵਜਾਈਏ ਲੋਕ ਜਿਹੜੇ ਵੱਡੇ ਵੱਡੇ ਹੁੰਕਾਰੇ ਮਾਰਦੇ ਨੇ ਅੱਜ ਕੋਈ ਬਦਲਾਅ ਚਾਹੀਦਾ ਦੇਖੋ ਬਦਲਾਅ ਦੇ ਉਹਨਾਂ ਨੂੰ ਸਮਝੀ ਹੈ ਨਹੀਂ ਜਿਹੜਾ ਕੇਜਰੀ ਵਾਲਾ ਉਹਨੇ ਹਾਲਾਤ ਹੀ ਇਦਾਂ ਦੇ ਪੈਦਾ ਕੀਤੇ ਉਹਨੇ ਸੋਚੀ ਇਦਾਂ ਦੀ ਵੀ ਦੇਖੋ ਜੀ ਅਸੀਂ ਐ ਕਰਦਾਂਗੇ ਪੰਜਾਬ ਦੇ ਵਿੱਚ ਤਕਰੀਬਨ ਮਸਾਂ ਅਕਾਲੀ ਦਲ ਨੇ 19-20 ਸਾਲ ਰਾਜ ਕੀਤਾ 50 ਸਾਲ ਕਾਂਗਰਸ ਨੇ ਰਾਜ ਕੀਤਾ ਦਿੱਲੀ ਦੇ ਵਿੱਚ ਇਹਨੇ ਕਾਂਗਰਸ ਦਾ ਇੱਕ ਵੀ ਜਿਹੜੀ ਸ਼ੀਲਾ ਦੇਸ਼ੀਆ ਸੀਗੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਇਹਨੇ ਜਦੋਂ ਸਰਕਾਰ ਲਿਆਉਣ ਤੋਂ ਪਹਿਲਾਂ ਇਹਨੇ ਕਿਹਾ ਸੀ ਵੀ ਉਹਨੇ ਬਹੁਤ ਵੱਡੇ ਘਪਲੇ ਕੀਤੇ ਆ ਮੈਂ ਸ਼ੀਲਾ ਦੇਸ਼ੀਏ ਤੇ ਜਿਹੜੇ ਉਹਦੇ ਨਾਲ ਮੰਤਰੀ ਆ ਮੈਂ ਉਹ ਜੇਲ੍ਹ 'ਚ ਡੱਕਣੇ ਆ ਕਿ ਸੇ ਕੋ ਕਾਉਂਸਲਰ ਤੇ ਵੀ ਕਾਰਵਾਈ ਹੋਈ ਆ ਸੀਐਮ ਤੇ ਕਰਨੀ ਤਾਂ ਵੱਡੀ ਗੱਲ ਮੈਂ ਤਾਂ ਕਾਂਗਰਸ ਤੇ ਆਮ ਇਸ਼ੇਮ ਕਾਂਗਰਸ ਤੇ ਆਮ ਪਾਰਟੀ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਇਹਨਾਂ ਦਾ ਮਕਸਦ ਜੋ ਜਿਹੜਾ ਕੰਮ ਕਾਂਗਰਸ ਨਹੀਂ ਕਰ ਸਕੀ ਇਹ ਬੰਦਿਆਂ ਨੇ ਇਸ ਪਾਰਟੀ ਨੇ ਉਹ ਕੀਤਾ ਸਰਦਾਰਾਂ ਦੇ ਸਿਰਾਂ ਤੇ ਟੋਪੀਆਂ ਪਵਾਤੀਆਂ ਸੀ ਜਿਹੜਾ ਕੰਮ ਕਾਂਗਰਸ ਨਹੀਂ ਕਰ ਸਕੀ ਸੀ ਉਹ ਇਸ ਪਾਰਟੀ ਤੋਂ ਕਰਵਾਇਆ ਗਿਆ ਸੀ ਬੜੀ ਡੂੰਗੀ ਸੋਚ ਆ ਆਮ ਲੋਕ ਜਿਹੜੇ ਪੰਜਾਬ ਆ ਪੰਜਾਬ ਜਜ਼ਬਾਤੀ ਆ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਵੀ ਕੇਜਰੀਵਾਲ ਦੀ ਗੱਲ ਕਰਦੇ ਨੇ ਆਮ ਲੋਕ ਉਹ ਜਜ਼ਬਾਤੀ ਨੇ ਪੰਜਾਬੀ ਆ ਨਾ ਜਿਹੜਾ ਉਹ ਜਜ਼ਬਾਤੀ ਆ ਉਹਨੂੰ ਇੱਕ ਛੋਟੀ ਜੀ ਗੱਲ ਤੇ ਉਹ ਇਮੋਸ਼ਨਲ ਹੋ ਜਾਂਦਾ ਤੇ ਉਹ ਇਸੇ ਚੀਜ਼ ਦਾ ਫਾਇਦਾ ਚੱਕ ਰਿਹਾ ਉਹਨੂੰ ਪਤਾ ਵੀ ਇਹਨਾਂ ਨੂੰ ਇਮੋਸ਼ਨਲ ਕਰਕੇ ਆਪਸ ਦੇ ਵਿੱਚ ਖਾਨਾ ਜੰਗੀ ਪੈਦਾ ਕੀਤੀ ਜਾ ਸਕਦੀ ਹੈ ਤੇ ਉਹਨੇ ਉਹਨੇ ਮੁੱਦੇ ਹੀ ਇਮੋਸ਼ਨਲ ਚੱਕੇ ਨੇ ਕਿ ਜਨਸਿਕ ਕਿਸ ਤਰ੍ਹਾਂ ਦੇਖਦੀ ਹੋ ਕਿ ਪੰਜਾਬ ਦੇ ਵਿੱਚ ਇਮੋਸ਼ਨਲ 2017 ਚ ਵੀ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਇਮੋਸ਼ਨਲ ਕਰਕੇ ਹੀ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਕਿ ਲੇ ਕਿ ਪੰਜਾਬ ਦੀ ਜਨਤਾ ਨੇ ਉਸ ਵੇਲੇ ਜਵਾਬ ਦੇ ਦਿੱਤਾ ਸੀਗਾ ਅ ਨੋ ਡਾਊਟ ਪੰਜਾਬ ਆ ਪੰਜਾਬੀ ਜਿਹੜੇ ਆ ਇਮੋਸ਼ਨਲ ਨੇ ਪਿਛਲੀ ਪਿਛਲੇ ਜਿਹੜਾ ਇਲੈਕਸ਼ਨ 2017 ਚ ਇਹ ਦੇਖੋ ਜਿਹੜਾ ਆਮ ਆਦਮੀ ਪਾਰਟੀ ਕੇਜਰੀ ਵਾਲਾ ਇਹ ਝੂਠ ਦੀ ਦੀਵਾਰ ਤੇ ਨੇ ਆਪਣੀ ਪਾਰਟੀ ਉਸਾਰੀ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਫਾਊਂਡਰ ਨੇ ਉਹ ਜਬ ਵਿਰੋਧ ਚ ਨੇ ਚਾਹੇ ਉਹ ਅ ਕੁਮਾਰ ਵਿਸ਼ਵਾਸਾ ਚਾਹੇ ਉਹ ਭੂਸ਼ਣ ਅਸੀ ਵਕੀਲ ਸਾਹਿਬ ਸੀ ਜਾਨੀ ਜਿੰਨੇ ਵੀ ਉੱਥੇ ਬੈਠੇ ਚਾਹੇ ਉਹ ਅਨਾ ਹਜਾਰੇ ਸੀ ਉਹ ਵਿਰੋਧ ਚ ਨੇ ਉਹ ਤੋਂ ਸਮਝ ਆ ਜਾਂਦੀ ਹੈ ਵੀ ਇਹ ਬੰਦਾ ਗਲਤ ਟਰੈਕ ਤੇ ਆ ਉਹ ਸੜਕ ਤੇ ਨਹੀਂ ਹੈ ਦੂਜੀ ਗੱਲ ਪੰਜਾਬ ਤੋਂ ਇਹਨੇ ਚੁਣਿਆ ਕਿਉਂਕਿ ਪੰਜਾਬ ਦੇ ਵਿੱਚ इमोਸ਼ਨ ਦੇਖਿਆ ਵੀ ਪੰਜਾਬੀਆ ਪੰਜਾਬੀ ਬੰਦੇ ਸੇ ਖੇਤੀ इमोਸ਼ਨ इमोशनल ਹੋ ਜਾਂਦੇ ਨੇ ਇਹ ਬੇਸਿਕਲੀ ਪੰਜਾਬ ਵਿਰੋਧੀ ਆ ਪੰਜਾਬ ਦੇ ਪਾਣੀਆਂ ਦੇ ਖਿਲਾਫ ਇਹ ਆ ਪੰਜਾਬ ਦੀ ਬਿਜਲੀ ਦੇ ਖਿਲਾਫ ਇਹ ਆ ਪੰਜਾਬ ਦੀ ਕਿਸਾਨੀ ਦੇ ਖਿਲਾਫ ਇਹ ਆ ਪੰਜਾਬ ਦੇ ਜਿੰਨੇ ਵੀ ਹ ਹੁਣ ਨਵੇਂ ਕੱਢ ਇਨਾਨ ਆਇਆ ਹੈ ਵੀ ਜਿੰਨੇ 10 ਸਾਲ ਤੋਂ ਪੁਰਾਣੀਆਂ ਗੱਡੀਆਂ ਨੇ ਉਹ ਸਭ ਮੈਂ ਬੰਦ ਕਰੂੰਗਾ ਤੇ ਇਹਦੇ ਤੋਂ ਕੀ ਸਮਝ ਲੱਗਦਾ ਤੁਹਾਨੂੰ ਦੂਸਰੀ ਗੱਲ ਅਸੀਂ ਇਸ ਗੱਲ ਦੀ ਇੱਕ ਗੱਲ ਤੁਸੀਂ ਇਸ ਗੱਲ ਦਾ ਮੀਡੀਆ ਵੀ ਨੋਟਸ ਲਵੋ ਜਿਸ ਦਿਨ ਦੀ ਪੰਜਾਬ ਅੰਦਰ ਇਹ ਆਮ ਆਦਮੀ ਪਾਰਟੀ ਐਂਟਰ ਹੋਈ ਹੈ ਬੀਅਦਬੀਆਂ ਦਾ ਦੌਰ ਚੱਲਿਆ ਇਹੀ ਹੈ ਨਾ ਤੇ ਇਹ ਬੰਦਾ ਜਿਹੜਾ ਇਹ ਅਸੀਂ ਤਾਂ ਇਸ ਗੱਲ ਦੇ ਸਪਸ਼ਟ ਤੌਰ ਤੇ ਸਾਫ਼ ਹੈ ਵੀ ਆਹ ਜਿਹੜੀਆਂ ਬੀਅਦਬੀਆਂ ਦੇ ਪਿੱਛੇ ਜੋ ਕੋਈ ਪਾਰਟੀ ਹੈ ਤੇ ਉਹ ਆਮ ਆਦਮੀ ਪਾਰਟੀ ਦਾ ਦਿਮਾਗ ਕੰਮ ਕਰਦਾ ਅਸੀਂ ਇਸ ਗੱਲ ਦਾ ਸਿੱਧਾ ਸਾਡੇ ਨਾਲ ਅਸੀਂ ਇਸ ਗੱਲ ਦਾ ਸਾਨੂੰ ਵਿਸ਼ਵਾਸ ਵੀ ਆ ਤੇ ਸਾਨੂੰ ਇਸ ਗੱਲ ਦਾ ਪੂਰਾ ਨਿਸ਼ਚੈ ਵੀ ਇਹ ਬੰਦੇ ਕਰਦੇ ਆ ਇਹ ਦੂਜੀ ਗੱਲ ਹੈ ਅਸੀਂ ਸਾਰਾ ਮਾਹੌਲ ਦੇਖਿਆ ਜਿਹੜਾ ਅੱਜ ਅਸੀਂ ਅ ਇੱਥੇ ਤੁਹਾਨੂੰ ਕਸ਼ਟ ਦੇਣ ਦਾ ਸਾਡਾ ਮੇਨ ਮਕਸਦ ਹੈ ਮੈਂ ਕਸ਼ਟ ਨਹੀਂ ਕਹੂੰਗਾ ਦੇ ਵਿੱਚ ਕਿਉਂਕਿ ਇਹ ਸਾਡੀ ਜੋ ਆਵਾਜ਼ ਆਡੀ ਜੋ ਆਵਾਜ਼ ਹੈ ਉਹ तमाम ਲੋਕਾਂ ਤੱਕ ਪਹੁੰਚੇਗੀ ਤੇ ਲੋਕ ਵੀ ਸਮਝ ਪਾਣ ਕਿ ਆਖਿਰ ਸਿੱਖਾਂ ਤੇ ਹਿੰਦੂਆਂ ਨੂੰ ਲੜਾਉਣ ਵਾਲੀ ਕਿਹੜੀ ਚੀਜ਼ ਹੈ ਤੇ ਉਹਨਾਂ ਤੋਂ ਬੱਚਿਆ ਕਿੱਦਾਂ ਜਾ ਸਕਦਾ ਦੇਖੋ ਇਤਿਹਾਸ ਗਵਾਹ ਇਸ ਗੱਲ ਦਾ ਪਿਛਲਾ ਸਾਹੇ 200 ਸਾਲ ਦਾ ਇਤਿਹਾਸ ਤੱਕ ਚੱਕ ਲੋ 300 ਸਾਲ ਦਾ ਸਾਲ ਦਾ ਪੰਜਾਬ ਦੀ ਧਰਤੀ ਤੇ ਕਦੇ ਹਿੰਦੂ ਸਿੱਖ ਦੇ ਦੰਗੇ ਨਹੀਂ ਹੋਏ ਲੜਾ ਨਾ ਲੜਾਈ ਹੋਈ ਆ ਪਰਸਨਲ ਕਿਸੇ ਦੀ ਹੋਈ ਹੋਵੇ ਉਹ ਗੱਲ ਮੈਟਰ ਨਹੀਂ ਪਰ ਇਹ ਧਰਮ ਦੇ ਨਾਂ ਤੇ ਕਦੇ ਕਿਸੇ ਦੇ ਹਿੰਦੂ ਨਹੀਂ ਹੋਏ ਪਿਛਲੇ ਦਫਾ ਇਹ ਪਿਛਲੇ ਆ ਮਹੀਨਾ ਤੋਂ ਪਹਿਲਾਂ ਇਹਨੇ ਸ਼ਾਂਤੀ ਮਾਰਚ ਕੱਢੇ ਦਿੱਲੀ ਚ ਬਲਾਤਕਾਰ ਹੋ ਰਹੇ ਨੇ ਦਿੱਲੀ ਚ ਲੋਕਾਂ ਨੂੰ ਈਆਂ ਪੈਨੋਂ ਘਰੋਂ ਕੱਢ ਕੱਢ ਕੇ ਇੱਥੇ ਸ਼ਾਂਤੀ ਮਾਰਚ ਇੱਥੇ ਕਿਹੜੀ ਦੰਗੇ ਹੋ ਰਹੇ ਨੇ ਹਿੰਦੂ ਸਿੱਖ ਦੇ ਵਿੱਚ ਇਹ ਝੂਠ ਤੇ ਖੜਾ ਨਾ ਜੀ ਗੱਲ ਦੱਸਾਂ ਕਿ ਦਿੱਲੀ ਦੇ ਵਿੱਚ ਨੇ ਇੱਕ ਉਹ ਕਿਹਾ ਸੀਗਾ ਕਿ ਮੇਰੇ ਘਰ ਘਰ ਦੇ ਬਾਹਰ ਗਲੀਆਂ 'ਚ ਸਮਾਰਟ ਕੈਮਰੇ ਲੱਗੇ ਹੋਏ ਨੇ ਲੇਕਿਨ ਉਹ ਕਿਸੇ ਮਹਿਲਾ ਨੇ ਵੀਡੀਓ ਬਣਾਈ ਸੀ ਜੋ ਪੰਜਾਬ ਦੇ ਵਿੱਚ ਆ ਗਈ ਤੇ तमाम ਸੂਬਿਆਂ ਦੇ ਵਿੱਚ ਘੁੰਮੀ ਸੀ ਉਹ ਕੁੜੀ ਨੂੰ ਜਦੋਂ ਸਿੱਕ ਕੁੜੀ ਨੂੰ ਜਿਹੜੀ ਹੈ ਅਤਿਆਚਾਰ ਕੀਤਾ ਜਾ ਰਿਹਾ ਸੀ ਅਦੇ ਉਸ ਵੇਲੇ ਸਮਾਰਟ ਕੈਮਰੇ ਕਿਤੇ ਸੀਗੇ ਪਲ-ਪਲ ਦੀ ਨਿਗਾ ਦਿੱਲੀ ਦੀ ਸਮਾਰਟ ਕੈਮਰੇ ਦੀ ਨਿਗਾ ਚ ਨੋਟ ਹੁੰਦੀ ਆ ਇਹ ਤਾਂ ਤੁਸੀਂ ਚਲੋ ਸਾਰਾ ਦੇਖ ਲਿਆ ਆ ਪਿਛਲੇ ਥੋੜੇ ਦਿਨ ਹੋਏ ਕੇਜਰੀਵਾਲ ਦੀ ਵਾਈਫ ਤੇ ਉਹਦੀ ਭੇਟੀ ਪੰਜਾਬ ਦੇ ਅੰਦਰ ਭਗਵਾਨ ਤਮਨ ਦੀ ਚੋਣ ਨੂੰ ਆ ਪ੍ਰਚਾਰ ਕਰਨ ਵਾਸਤੇ ਆਏ ਮੈਂ ਇਹ ਪੁੱਛਣਾ ਚਾਹੁੰਦਾ ਇਹ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਵੀ ਉੱਥੇ ਜਿਹੜੀ ਉਸ ਬੇਟੀ ਨਾਲ ਬਲਾਤਕਾਰ ਹੋਇਆ ਉਹਦੇ ਘਰੇ ਕਿੰਨੀ ਕੁ ਦੂਰ ਸੀ ਇਹਦਾ ਕਰ ਉੱਥੇ ਤਾਂ ਗਏ ਨਹੀਂ ਇੱਥੇ ਆ ਕੇ ਲੋਕਾਂ ਨੂੰ ਇਜਤਾਂ ਦੀਆਂ ਗਰੰਟੀਆਂ ਦਿੰਦੇ ਫਿਰਦੇ ਨੇ ਇਹਦੇ ਵਿੱਚ ਫਰਕ ਦੇਖੋ ਕੀ ਗੱਲ ਹੈ ਝੂਠ ਤੇ ਹੀ ਹੈ ਨਾ ਸਾਰਾ ਕੁਝ ਇਸ ਕਰਕੇ ਅਸੀਂ ਇਹ ਸਾਰੀਆਂ ਚੀਜ਼ਾਂ ਦੀ ਪੰਜਾਬ ਦਾ ਮਾਹੌਲ ਸਾਰੇ ਜਾਣੇ ਅਸੀਂ ਦੇਖਦੇ ਹੋਏ ਅਸੀਂ ਬੰਦੀ ਸਿੰਘ ਰਿਹਾਈ ਮੋਰਚਾ ਜੋ ਹੁਣ ਪਹਿਲਾਂ ਜੋ ਹੁਣ ਇਸ ਟਾਈਮ ਪੰਥਕ ਦਲ ਪੰਜਾਬ ਦੇ ਨਾਂ ਥਲੇ ਵਿਚਰ ਰਿਹਾ ਅਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਮਾਹੌਲ ਦੇਖਦੇ ਹੋਏ ਮਹਿਸੂਸ ਕਰਦੇ ਆ ਕਿ ਸ਼ਰੋਮਣੀ ਅਕਾਲੀ ਦਲ ਦੇ ਹੁੰਦੇ ਆ ਭਾਈਚਾਰਕ ਸਾਂਝ ਹਮੇਸ਼ਾ ਕਾਇਮ ਰਹੀ ਆ ਸਾਡੇ ਗੁਰੂ ਸਾਹਿਬ ਦਾ ਇਹ ਸਾਨੂੰ ਆਦੇਸ਼ ਆ ਕਿ ਸਰਬ ਸੰਸ ਸਭੇ ਸਾਂਝੀ ਵਾਲਿਸ ਦਾ ਨ ਕੋਈ ਨਾ ਦਿਸੇ ਬਾਹਰ ਆ ਜਿਓ ਅਸੀਂ ਸਾਰੇ ਭਾਈ ਭਾਈ ਆ ਹਿੰਦੂ ਸਿੱਖ ਇਸਾਈ ਮੁਸਲਮਾਨ ਅਸੀਂ ਸਦੀਆਂ ਤੋਂ ਇੱਥੇ ਵੱਸਦੇ ਆਏ ਆਂ ਇਹ ਸਾਡੇ ਅਸੀਂ ਭਾਈ ਆਂ ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਜੇ ਕੋਈ ਪੰਜਾਬ ਚ ਭਾਈਚਾਰਕ ਸਾਂਝ ਦੀ ਗਰੰਟੀ ਦੇ ਦੇ ਸਕਦਾ ਦਿੱਤੀ ਆ ਜੀ ਨੇ ਉਹ ਸ਼੍ਰੋਮਣੀ ਅਕਾਲੀ ਦਲ ਐ ਇਸ ਕਰਕੇ ਅੱਜ ਅਸੀਂ ਇਹ ਮਹਿਸੂਸ ਕਰਦੇ ਆ ਕਿ ਜੀ ਦੀਵਾਲ ਵਰਗੇ ਹੋਰ ਉਹਨਾਂ ਦੇ ਬਹਿਕਾਵੇ ਜਾਇ ਸਾਡੇ ਵੀਰ ਇਹ ਅਸੀਂ ਇਹ ਸੋਚਿਆ ਵੀ ਇਹਨਾਂ ਧਿਰਾਂ ਨੂੰ ਜੇ ਅਗਰ ਪੰਜਾਬ ਦੇ ਅੰਦਰ ਇਹ ਰਾਜ ਕਰਦੇ ਨੇ ਤਾਂ ਇਹ ਪੰਜਾਬ ਸੱਚਮੁੱਚ ਭਾਈਚਾਰਕ ਸਾਂਝਾ ਜਿਹੜੀ ਖਤਰੇ 'ਚ ਪੈ ਜੂਗੀ ਇਸ ਕਰਕੇ ਪੰਥਕ ਦਲ ਪੰਜਾਬ ਬੰਦੀ ਸਿੰਘ ਰਿਹਾਈ ਮੋਰਚੇ ਨੇ ਫੈਸਲਾ ਕੀਤਾ ਸਾਰੇ ਅਨਸਰ ਸਾਂਝਾ ਜਿੰਨੇ ਵੀ ਜੇਲ੍ਹਾਂ 'ਚ ਬੈਠੇ ਸਿੰਘ ਨੇ ਕਿਉਂਕਿ ਉਹ ਤੋਂ ਪਹਿਲਾਂ ਭਾਈ ਬਲਵੰਤ ਸਿੰਘ ਰਾਜੋਵਾਲਾ ਇਹ ਸਾਡੀ ਸੋਚ ਦਾ ਪਹਿਲਾਂ ਹੀ ਉਹ ਐਲਾਨ ਕਰ ਚੁੱਕੇ ਨੇ ਅਸੀਂ ਉਸ ਸੋਚ ਨੂੰ ਹੀ ਸਾਰੇ ਜਣਿਆਂ ਨੇ ਅੱਗੇ ਤੋਰਦੇ ਹੋਏ ਫੈਸਲਾ ਕੀਤਾ ਕਿ ਅਸੀਂ ਪੂਰਨ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਮੁੱਦਿਆਂ ਤੇ ਹਮਾਇਤ ਕਰਾਂਗੇ ਪ੍ਰਤਾੜੀ ਕਾਂਡ ਦਾ ਵੀ ਮੁੱਦਾ ਜਿਹੜਾ ਸ਼੍ਰੋਮਣੀ ਕਾਲਦੇ ਦੇ ਨਾਮ ਲੱਗੇ ਰਹਿੰਦੇ ਨੇ ਕਿਉਂਕਿ ਉਹਦੇ ਵੀ ਇਨਸਾਫ ਨਹੀਂ ਮਿਲਿਆ ਸੀਗਾ ਕਿਉਂਕਿ ਸ਼੍ਰੋਮਣੀ ਕਾਲਦੇ ਨੂੰ ਤੁਸੀਂ ਪੂਰਾ ਸਪੋਰਟ ਕਰ ਰਹੇ ਹੋ ਇਸ ਸਮੇਂ ਦੇਖੋ ਜਿਹੜਾ ਬਰਗਾੜੀ ਕਾਂਡ ਹੋਇਆ ਗੋਲੀ ਕਾਂਡ ਹੋਇਆ ਸੀ ਉਹਦੇ ਵਿੱਚ ਜਿਹੜੇ ਵੀ ਜਿਹੜੇ ਪੁਲਿਸ ਅਫਸਰ ਸੀਗੇ ਦਾਗੀ ਉਹਨਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਪਰਚੇ ਦਰਜ ਹੋ ਗਏ ਸੀ ਇਹ ਕੇਜਰੀਆਲ ਦੀ ਪਾਰਟੀ ਨਹੀਂ ਝੂਠ ਬਣਾ ਕੇ ਉਹਨੂੰ ਪੇਸ਼ ਕੀਤਾ ਵੀ ਇਹਨਾਂ ਨੇ ਤਾਂ ਜੀ ਅਣਪਛਾਤੀ ਪੁਲਿਸ ਤੁਸੀਂ ਰਿਪੋਰਟਾਂ ਕੱਢ ਲਓ ਉਹਦੇ ਵਿੱਚ ਸਪਸ਼ਟ ਤੇ ਮੈਂ ਉਸੇ ਰਿਪੋਰਟ ਦੇ ਵਿੱਚੋਂ ਦੱਸਦਾ ਉਸੇ ਰਿਪੋਰਟ ਦੇ ਵਿੱਚ ਜਿਹੜਾ ਕੁਮਰ ਵਿਜੇ ਪ੍ਰਤਾਪ ਆ ਜਿਹੜਾ ਆਈਜੀਸੀ ਜਿਹੜਾ ਇਨਵੈਸਟੀਗੇਸ਼ਨ ਕਰ ਰਿਹਾ ਸੀ ਮੁਖ ਅਫਸਰ ਉਹ ਆਪ ਪਾਰਟੀ 'ਚ ਸ਼ਾਮਲ ਹੁੰਦਾ ਉਹ ਤੋਂ ਪਹਿਲਾਂ ਉਹਨੇ ਸਾਰੇ ਮੌਕੇ ਦੇ ਅਫਸਰ ਸੀ ਜਿਹੜੇ ਕਾਂਗਰਸ ਦੇ ਚਿਹਤੇ ਤੇ ਆਪ ਪਾਰਟੀ ਦੇ ਚਿਹਤੇ ਸੀਗੇ ਜਿਹੜੇ ਉਹ ਸਾਜ਼ਿਸ਼ ਦੇ ਵਿੱਚ ਸੀਗੇ ਜਿਹੜੇ ਸਿੱਖ ਉੱਥੇ ਬੈਠੇ ਸੀਗੇ ਜਿਹੜੇ ਇਮੋਸ਼ਨਲ ਸਿੱਖ ਜਿਹੜੇ ਉੱਥੇ ਬੈਠੇ ਸੀ ਉਹਨਾਂ ਤੇ ਗੋਲੀ ਜਿਹੜੇ ਚਲਾਈ ਗਈ ਸੀ ਆ ਬੰਦਾ ਮੌਕੇ ਦਾ ਗਵਾਹ ਵਾ ਬਿੱਟਾ ਸਾਡਾ ਜਥੇਬੰਦੀ ਦਾ ਪ੍ਰਤਾਪ ਕਹਿੰਦਾ ਕਿ ਮੈਂ ਉਹਨਾਂ ਨੂੰ ਦੋਸ਼ੀ ਨੂੰ ਸਜ਼ਾ ਦਵਾ ਦੇਣੀ ਸੀ ਕਿ ਲੇਕਿਨ ਜਦੋਂ ਪ੍ਰਤਾਪ ਦਾ ਜਿਹੜਾ ਬਰਤਾਰਾ ਸੀ ਉਹ ਬਿਲਕੁਲ ਬਿਲਕੁਲ ਉਹ ਰਾਜਨੀਤਿਕ ਤੌਰ ਤੇ ਤਾਂ ਕੋਰਟ ਕਹਿ ਚੁੱਕੀ ਆ ਕੋਰਟ ਕਹਿ ਚੁੱਕੀ ਆ ਕੋਰਟ ਨੇ ਰੱਦ ਕਰਤੀ ਇਹਦੀ ਰਿਪੋਰਟ ਇਸੇ ਆਧਾਰ ਤੇ ਕੀਤੀ ਸੀ ਜਿਹੜੇ 11 ਬੰਦੇ ਅਕਾਲੀ ਦਲ ਦੀ ਸਰਕਾਰ ਵੇਲੇ ਪਰਚਾ ਦਰਜ ਕਰਿਆ ਪੁਲਿਸ ਵਾਲਿਆਂ ਤੇ ਅਫਸਰਾਂ ਤੇ ਉਹ ਜੋ ਇਹਨੇ ਸੱਤ ਵਾਰ ਕਰਤੇ ਇਹਦੇ ਕਾਂਗਰਸ ਨਾਲ ਸੰਬੰਧਤ ਸੀ ਉਸ ਤੋਂ ਬਾਅਦ ਆਪਣੀ ਐਸਆਈ ਰਿਪੋਰਟ ਤਿਆਰ ਕੀਤੀ ਤੇ ਉਹ ਕੋਰਟ ਨੇ ਬਾਹਰ ਮਾਰੀ ਦੱਸੋ ਕਿੱਥੇ ਆਸ ਇਨਸਾਫ ਸੋ ਇਹ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਹੀ ਰਾਜਨੀਤਿਕ ਰਾਜਨੀਤੀ ਖੇਡ ਖੇਡੀ ਸੀ ਜੋ ਪੰਜਾਬ ਦੇ ਲੋਕਾਂ ਨੇ ਸਮਝ ਲਈ ਤੇ ਹੁਣ ਜਿੰਨੇ ਅਸੀਂ ਇਹ ਸਮਝਦੇ ਆਂ ਦੇਖੋ ਅਸੀਂ ਕੋਈ ਬੱਚੇ ਨਹੀਂ ਹੈ ਇਹ ਗੱਲ ਨੂੰ ਸਮਝਦੇ ਆਂ ਕਿ ਇਹ ਰਾਜ ਕਿੱਥੇ ਗਿਆ ਇਨਸਾਫ 5 ਸਾਲ ਇਹਨਾਂ ਰਾਜ ਕਰ ਲਿਆ ਅਸੀਂ ਸਾਰੇ ਡਿੱਗਦੇ ਸੀ ਜੇ ਮੈਂ ਕਹਾਂ ਕਿਸੇ ਤੇ ਵੀ ਪਰਚਾ ਦਰਜ ਸੀ ਜਾਂ ਕਿਸੇ ਉਹਨੂੰ ਫੜ ਕੇ ਕੋਈ ਕਟਹਿਰੇ 'ਚ ਤਾਂ ਖੜਾ ਕਰੋ ਉਹਦਾ ਫੈਸਲਾ ਕੋਰਟ ਕੋਰਟ ਕਰੂਗੀ ਨਾ ਲੇਕਿ ਚਤੁਰਪਾਦਿਆ ਵੀ ਆਏ ਸੀਗੇ ਪਿੱਛੇ ਮਜੀਠਿਆ ਜੇ ਸਿੱਟ ਦੀ ਰਿਪੋਰਟ ਜਿਹੜੀ ਬਣਾਈ ਸੀਗੀ ਲੇ ਬਾਦਿਆ ਤੇ ਜਿਹੜਾ ਦਾ ਤੁਸੀਂ ਕਿਆ ਪੁੱਛਦੇ ਹੋ ਇਹ ਬੰਦਿਆ ਨੇ ਚੁਣ ਚੁਣ ਕੇ ਸਾਡੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਕੀਤਾ ਵਿਚ ਚਟੋਬਾ ਦੇ ਇੱਥੇ ਦਾ ਲੁਧਿਆਣਾ ਦਾ ਐਸਐਸਪੀ ਰਹਾ ਤੁਸੀਂ ਸ਼ਾਇਦ ਛੋਟੇ ਸੀ ਸਾਨੂੰ ਪਤਾ ਉਹਦਾ ਉਹ ਬੰਦੇ ਮਹਾ ਕਰਾਪਟ ਬੰਦੇ ਨੇ ਤੇ ਉਹ ਤਾਂ ਸਿਰਫ ਆਪਣੀ ਇੱਕ ਉਹ ਪੈਸੇ ਬਚਾਉਣ ਕੋ ਕਿਸੇ ਨੂੰ ਭਰਤੀ ਆਪਣੇ ਮੁੰਡੇ ਨੂੰ ਕਰਾ ਕੇ ਇਹ ਸਾਰੀਆਂ ਚੀਜ਼ਾਂ ਪਲਾਨਡ ਸੀਗੀਆਂ ਤੇ ਉਹਦਾ ਦਾ ਸੈਂਟਰ ਸਰਕਾਰ ਨੇ ਵੀ ਸੈਂਟਰ ਸਰਕਾਰ ਕੇ ਵੀ ਨੋਟਿਸ ਲਿਆ ਜਾਲੀ ਦਸਕਤ ਜਾਲੀ ਸਾਰਾ ਕੁਝ ਕਰਕਰੋ ਆ ਗਿਆ ਆ ਗਿਆ ਕਿੱਥੇ ਗਈਆਂ ਰਪੋਰਟਾਂ ਕਿੱਥੇ ਗਈ ਇਹ ਮੰਜੀਠਿਆ ਕਿਹੜਾ ਅੰਦਰ ਬਾਹਰ ਨਿਕੂ ਬਾਹਰ ਰਹਿੰਦਾ ਸੀ ਜਦੋਂ ਉਹਦਾ ਜਦ ਬੇਚਦਾ ਸੀ ਫੜ ਕੇ ਤਾਂ ਝੋਲਾ ਸਣੇ ਉਹਨੂੰ ਅਰੈਸਟ ਕਰਦੇ ਤੇ ਉਹਦਾ ਕਰਿਆ ਨਹੀਂ ਆ ਜਿਹੜਾ ਵੋਟਾਂ ਦੇ ਚੱਕਰ ਚਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਨਾ ਇੱਕ ਡਾਇਵਰਟ ਕਰਨਾ ਧਿਆਨ ਵੀ ਲਾਉ ਜੀ 5 ਸਾਲ ਤੱਕ ਇਸ ਦਾ ਢੱਕਾ ਦੂਰਾ ਨਹੀਂ ਤੋੜ ਕੇ ਕਰਿਆ ਤੇ ਅਖੀਰ ਚ ਕੇਜਰੀਵਾਲ ਨੇ ਆਪ ਹੀ ਮਾਫੀ ਮੰਗੀ ਆ ਹਾਂ ਕੇਜਰੀਵਾਲ ਨੇ ਆਪ ਹੀ ਮਾਫੀ ਮੰਗੀ ਆ ਤੇ ਦੂਜੀ ਗੱਲ ਇਹ ਆ ਵੀ ਜਿਹੜਾ ਛੋਟਾ ਪੱਧਰ 'ਤੇ ਸੀ ਉਹਨੂੰ ਡੀਜੀਪੀ ਨਹੀਂ ਲਾਇਆ ਵੀ ਉਹ ਤੇ ਇਲਜ਼ਾਮ ਸੀਗੇ ਉਹਨੂੰ ਨਹੀਂ ਲਾਇਆ ਉਸ ਜੀ ਦੀ ਉਹਨੂੰ ਖੁੰਦਕ ਸੀਗੀ ਉਹਨੇ ਆਪਦੀ ਖੁੰਦਕ ਜਦੋਂ ਉਹਨੂੰ ਜਦੋਂ ਸਰਕਾਰ ਨਾਲ ਉਹਨੇ ਸਮਝੌਤਾ ਕੀਤਾ ਤੇ ਉਹ ਆਪਦੇ ਉਸੇ ਖੁੰਦਕ ਦਾ ਉਹਨੇ ਉਹ ਪਕਟਾਵਾ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਕੀ ਨਤੀਜਾ ਕੋਈ ਨਿਕਲਿਆ ਦੇਖੋ ਕੋਰਟ ਨੇ ਕੇਸ ਚ ਲਾ ਲਿਆ ਕੇਸ ਸਜ਼ਾ ਵੀ ਹੋਗੀ ਉਦੋਂ ਬਾਅਦ ਦੁਬਾਰੇ ਐਫ ਆਈ ਆਰ ਕਿਵੇਂ ਹੋ ਜੂਗੀ ਇਹ ਨਵੀਆਂ ਪਿਰਤਾਂ ਜਿਹੜੀਆਂ ਪਾ ਰਹੇ ਆ ਨਾ ਇਹ ਪੰਜਾਬ ਨੂੰ ਪੱਠੀ ਚੇ ਝੋਕਣ ਦੀਆਂ ਇਹਨਾਂ ਦੀਆਂ ਸਾਜ਼ਿਸ਼ ਨੇ ਪਰ ਇਸੇ ਕਰਕੇ ਅਸੀਂ ਅਕਾਲੀ ਦਲ ਦਾ ਸਮਰਥਨ ਕਰ ਰਹੇ ਹਾਂ ਵੀ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਸਿੱਖ ਨੌਜਵਾਨੀ ਨੂੰ ਅਸੀਂ ਗਮਰਾਹ ਨਹੀਂ ਹੋਣ ਦੇਣਾ ਅਸੀਂ ਪੰਜਾਬ ਦਾ ਮਾਹੌਲ ਸ਼ਾਂਤਮਈ ਬਣਾ ਕੇ ਰੱਖਣਾ ਤੇ ਭਾਈਚਾਰਾ ਸਾਂਝ ਕਾਇਮ ਰੱਖਣੀ ਆ ਜੀ ਬਿਲਕੁਲ ਪੰਥਕ ਦਲ ਪੰਜਾਬ ਤੋਂ ਸਾਡੇ ਨਾਲ ਸਾਰੇ ਉਦੇਦਾਂ ਸਾਡਾ ਮजूद ਸੀ ਜਿਨ੍ਹਾਂ ਨੇ ਸ਼੍ਰੋਮਣੀ ਕੈਦਲ ਦਾ ਦਾਮ ਜਿਹੜਾ ਫੜ ਲਿਆ ਹੈ ਦਾਮ ਨੇ ਇਸ ਕਰਕੇ ਫੜਿਆ ਕਿ ਜੋ ਹਿੰਦੂ ਸਿੱਖ ਇਸਾਈ ਪਾਰਸੀ ਜੈਨ ਬੋਧ ਜਿਹੜੀ ਜੋ ਭਾਈਚਾਰਾ ਸਾਂਝ ਆ ਉਹਨੂੰ ਸ਼੍ਰੋਮਣੀ ਕੈਦਲ ਲਈ ਜਿਹੜੀ ਪੰਜਾਬ ਦੇ ਵਿੱਚ ਬਿਲਕੁਲ ਇੱਕ ਜੁੜਤਾ ਨਾਲ ਰੱਖ ਸਕਦੀ ਹੈ ਦੂਜੇ ਪਾਸੇ ਕਿ ਕਿ ਉਹ ਉਹਨਾਂ ਦੇ ਤੋਂ ਵੀ ਸਪਸ਼ਟ ਕਰਨ ਦਿੱਤਾ ਤੇ ਦਿੱਲੀ ਦੇ ਕੇਜਰੀਵਾਲ ਜਿਹੜੇ ਨੇ ਦਿੱਲੀ ਦੇ ਵਿੱਚ ਇੱਕ ਕੁੜੀ ਦੇ ਨਾਲ ਜੋ ਅਤਿਆਚਾਰ ਹੋਇਆ ਸੀ ਉਹਦਾ ਤਾਂ ਇਨਸਾਫ ਦੁਆ ਨਹੀਂ ਪਾਇਆ ਤੇ ਪੰਜਾਬ ਦੀ ਲੋਕਾਂ ਦਾ ਕੀ ਇਨਸਾਫ ਦੁਲਾਣਗੇ ਲੁਧਿਆਣਾ ਤੋਂ ਹਣੀ ਦੇ ਨਾਲ ਮੈਂ ਵਿਸ਼ਾਲ ਕਪੂਰ ਨੂੰ ਜਣਾ ਲਈ